ਦੋਸਤੋ ਕੱਲ ਨੂੰ ਬੁੱਧਵਾਰ ਦਾ ਦਿਨ ਨਾ ਲੁਧਿਆਣਾ ਆਫਿਸ ਬਹਿਣਾ ਮੈਂ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ। ਜੇ ਤੁਸੀਂ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਆਪਦਾ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਮਾਸਟਰ ਡਿਗਰੀ ਲਈ ਕੈਨੇਡਾ ਜਾਣਾ ਚਾਹੁੰਦੇ ਹੋ, ਅਸੈਸਮੈਂਟ ਲੈਟਰ ਦੀ ਲੋੜ ਕੋਈ ਨਹੀਂ ਹੈ, ਆਪਦਾ ਕੇਸ ਪ੍ਰੋਸੈਸ ਕਰੋ ਤੇ ਅਸੈਸਮੈਂਟ ਲੈਟਰ ਦੀ ਜਿਹੜੀ ਪ੍ਰੋਸੈਸ ਦੀ ਵੇਟ ਕਰ ਰਹੇ ਅੰਡਰ ਗ੍ਰੈਜੂਏਟ ਡਿਪਲੋਮਾਸ ਜਾਂ ਕਿਸੇ ਵੀ ਹੋਰ ਐਜੂਕੇਸ਼ਨ ਲਈ ਜਿਨ੍ਹਾਂ ਨੇ ਪ੍ਰੋਸੈਸ ਕਰਨਾ ਐਂਡ ਉਹ ਇਸ ਵੇਟ ਦੇ ਵਿੱਚ ਆ, ਵੀ ਪਹਿਲਾਂ ਪ੍ਰੋਸੈਸ ਸਮਝ ਲਈਏ। ਦੋਸਤੋ ਪਹਿਲਾਂ ਫੀ ਭਰਨੀ ਪੈਣੀ ਆ, ਫਿਰ ਅਸੈਸਮੈਂਟ ਲੈਟਰ ਤੁਹਾਨੂੰ ਮਿਲਣੀ ਆ। ਇਸ ਲਈ ਜੇ ਤੁਹਾਡਾ ਪ੍ਰੋਫਾਈਲ ਡਨ ਆ, ਫਸਟ ਕਮ ਫਸਟ ਸਰਵ ਦਾ ਸਿਸਟਮ ਚੱਲ ਪੈਣਾ, ਫਿਰ ਰਾਈਟ ਬਾਈ ਰਸ਼ ਪੈ ਜਾਊਗਾ, ਘਰੇ ਨਾ ਬੈਠੋ, ਆਪਦੇ ਕੇਸ ਦਾ ਸਾਰਾ ਪ੍ਰੋਸੈਸ ਸ਼ੁਰੂ ਕਰੋ। ਜਿਹੜੇ ਜਿਹੜੇ ਕੈਂਡੀਡੇਟਸ ਆਪਦਾ ਕੇਸ ਇਕੱਠੇ ਅਪਲਾਈ ਕਰਨਾ ਚਾਹੁੰਦੇ ਆ, ਜਿਨ੍ਹਾਂ ਨੇ ਆਪਦੇ ਸਪਾਊਸ ਨੂੰ ਨਾਲ ਲੈ ਕੇ ਜਾਣਾ, ਆਪਾਂ ਫੰਡਸ ਜਿਹੜੇ ਨਵਾਂ ਪ੍ਰੋਸੈਸ ਜਦੋਂ GIC ਵਧਿਆ $20,000 ਕੀਤਾ, ਉਸ ਤੋਂ ਬਾਅਦ ਉਹਨਾਂ ਨੇ ਨਾਲ ਜੇ ਤੁਸੀਂ ਆਪਦੇ ਫੈਮਿਲੀ ਮੈਂਬਰ ਇਨਕਲੂਡ ਕਰਦੇ ਜਾਂਦੇ ਹੋ ਤਾਂ ਉਹਦਾ ਜਿਹੜਾ ਫੰਡਸ ਦਾ ਜਿਹੜਾ ਸਿਸਟਮ ਆ ਉਹ ਚੇਂਜ ਹੋ ਜਾਂਦਾ। ਸੋ ਆਪਾਂ ਉਹਨੂੰ ਵੀ ਧਿਆਨ ਵਿੱਚ ਰੱਖਣਾ, ਜ਼ਿਆਦਾ ਜਿਹੜਾ ਕੇਸ ਦਾ ਬੇਸ ਆ ਓਪਨ ਵਰਕ ਪਰਮਿਟ ਦਾ ਉਹ ਫੰਡਸ ਆ, ਤੁਹਾਡੀ ਫਾਈਨੈਂਸ਼ੀਅਲ ਸਟੇਟਮੈਂਟਸ, ਤੁਹਾਡਾ ਫਾਈਨੈਂਸ਼ੀਅਲ ਸਟੇਟਸ ਇਨ ਯੂਰ ਓਨ ਕੰਟਰੀ, ਉਹਦੇ ਤੇ ਆਪਾਂ ਧਿਆਨ ਦੇਣਾ। ਜੇ ਆਪਦਾ ਤੁਸੀਂ ਕੇਸ ਮਿਲ ਕੇ ਡਿਸਕਸ ਕਰਨਾ ਨਾ ਤਾਂ ਕੱਲ੍ਹ ਨੂੰ 11 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਤੁਸੀਂ ਮੈਨੂੰ ਲੁਧਿਆਣਾ ਆਫਿਸ ਆ ਕੇ ਮਿਲ ਲਓ, ਆਪਦੇ ਡਾਕੂਮੈਂਟਸ ਜ਼ਰੂਰ ਨਾਲ ਲੈ ਕੇ ਆਇਓ। ਧੰਨਵਾਦ।